ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਹੁਸ਼ਿਆਰਪੁਰ ਫਗਵਾੜਾ ਮਾਰਗ 33 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ, ਜਿਸ ਦੇ ਟੈਂਡਰ ਵੀ ਹੋ ਚੁੱਕੇ ਨੇ ਤੇ 2 ਮਹੀਨਿਆਂ 'ਚ ਇਸ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਮਾਰਗ ਨੂੰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਐਲਾਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਰਗ ਉੱਚ ਦਰਜੇ ਦਾ ਬਣਾਇਆ ਜਾਵੇਗਾ ਤੇ ਬਿਲਕੁਲ ਹੀ ਟੋਲ ਫ੍ਰੀ ਹੋਵੇਗਾ, ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਹੋਰ ਸਹੂਲਤਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਖੇ ਬਣ ਰਹੇ ਮੈਡੀਕਲ ਕਾਲਜ ਸੰਬੰਧੀ ਬੋਲਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਦਾ ਕੰਮ ਵੀ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਲਈ ਕੇਂਦਰ ਵੱਲੋਂ 60% ਅਤੇ ਪੰਜਾਬ ਸਰਕਾਰ ਵੱਲੋਂ 40% ਹਿੱਸਾ ਪਾਇਆ ਜਾਵੇਗਾ। ਇਸ ਦੇ ਨਾਲ ਹੀ ਸੋਮ ਪ੍ਰਕਾਸ਼ ਨੇ ਸਿਵਲ ਹਸਪਤਾਲ ਨੂੰ ਵੀ ਅਪਗ੍ਰੇਡ ਕਰਨ ਦੀ ਗੱਲ ਆਖੀ ਹੈ। ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਚੁੱਕਾ ਹੈ, ਜਿਸ ਦਾ ਨੁਕਸਾਨ ਭਾਜਪਾ ਨੂੰ ਹੋਇਆ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਦਾ ਪ੍ਰਭਾਵ ਪੰਜਾਬ 'ਤੇ ਨਹੀਂ ਪਵੇਗਾ। ਇਸ ਦੌਰਾਨ ਉਹਨਾਂ ਨਾਲ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ, ਜਵਾਹਰ ਖੁਰਾਨਾ, ਡਾਕਟਰ ਦਿਲਬਾਗ ਰਾਏ ਆਦਿ ਹਾਜ਼ਰ ਸਨ। ਜੋ ਮੈਡੀਕਲ ਕਾਲਜ ਬਣਾਉਣ ਦੀ ਸਕੀਮ ਸੈਂਟਰ ਸਪੋਂਸਰ ਸਕੀਮ ਹੈ, ਜਿਹਦੇ ਵਿੱਚ ਕੁਝ ਹਿੱਸਾ ਸਟੇਟ ਪਾਉਂਦੀ ਹੈ, ਬਾਕੀ ਹਿੱਸਾ ਜਿਹੜਾ ਸੈਂਟਰ ਪਾਉਂਦਾ। ਸਟੇਟ ਨੇ ਜ਼ਮੀਨ ਸਟੇਟ ਨੇ ਇੰਡੀਕੇਟ ਕਰਨੀ ਹੁੰਦੀ ਹੈ, ਅਲਾਟ ਕਰਨੀ ਹੁੰਦੀ ਹੈ। ਜਿਹੜਾ ਪ੍ਰੈਜੈਂਟ ਹਸਪਤਾਲ ਹੈ ਇਹਨੂੰ ਅਪਗ੍ਰੇਡ ਕਰਨਾ, ਅਤੇ ਇੱਕ ਜਿਹੜੀ ਜਿੱਥੇ ਕਾਲਜ ਬਣਾਉਣਾ ਉਹਦੀ ਜਗ੍ਹਾ ਚੰਡੀਗੜ੍ਹ ਦੀ ਰੋਡ ਦੇ ਉੱਤੇ ਜਿੱਥੇ ਟੂਰਿਜ਼ਮ ਦੀ ਜਗ੍ਹਾ ਸੀ ਉੱਥੇ ਮੇਰਾ ਖਿਆਲ ਨਾਲ ਫਾਈਨਲ ਕੀਤੀ ਹੈ, ਉੱਤੇ ਇਹ ਮੈਡੀਕਲ ਕਾਲਜ ਬਣੇਗਾ। ਮੈਨੂੰ ਬੜੀ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੇ ਹੈਲਥ ਮਿਨਿਸਟਰ ਹਰਸ਼ਵਰਧਨ ਜੀ ਨੇ ਬਹੁਤ ਵਿਸ਼ੇਸ਼ ਤੌਰ 'ਤੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਉਹਨਾਂ ਨੇ ਧਿਆਨ ਕਰਕੇ 2 ਕਾਲਜ ਪੰਜਾਬ ਲਈ ਹਜੇ ਤੱਕ ਸੈਂਕਸ਼ਨ ਕੀਤੇ ਨੇ, ਇੱਕ ਹੁਸ਼ਿਆਰਪੁਰ ਲਈ, ਇੱਕ ਕਪੂਰਥਲਾ ਲਈ। ਦੇਖੋ ਜੋ ਰਿਜ਼ਲਟ ਜਿਹੜੇ ਆਉਂਦੇ ਆ ਲੋਕਾਂ ਦਾ ਮਤ ਹੈ, ਇਹਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ। ਇੱਕ ਜਿਹੜੀ ਇੰਟਰਸਟਿੰਗ ਗੱਲ ਹੈ, ਪੰਜਾਬ 'ਚ ਦਿੱਲੀ ਵਿੱਚ BJP ਦਾ ਵੋਟ ਸ਼ੇਅਰ ਹੈ 6-7% ਵਧੀਆ, ਕਾਂਗਰਸ ਦਾ ਬਿਲਕੁਲ ਬੈਠ ਗਿਆ, ਬਿਲਕੁਲ ਬਹਿ ਗਈ, ਇਸ ਕਰਕੇ ਨੁਕਸਾਨ ਹੋਇਆ। ਜੇ ਕਾਂਗਰਸ ਆਪਣੇ ਮਾੜੀ ਮੋਟੀ ਜਾਨ ਰੱਖਦੀ, 63 ਬੰਦਿਆਂ ਦੀ ਇਹਦੀ ਜਵਾਬ ਜਵਾਬ ਹੋਈ ਹੈ ਕਾਂਗਰਸ ਦੀ, ਔਰ ਕਾਂਗਰਸ ਵਾਲੇ ਵਿਦਿਕਤੀ ਨੂੰ ਵਧਾਈਆਂ ਦੇਈ ਜਾਂਦੇ ਨੇ, ਵੀ ਅਸੀਂ ਵਧਾਈ ਦਿੰਦੇ ਹਾਂ ਇਹਦੀ ਜਵਾਬ, BJP ਹਾਰ ਗਈ। ਇਹ ਤੋਂ ਵੱਧ ਪਾਰਟੀ ਦਾ ਹੋਰ ਜਲੂਸ਼ ਕੀ ਨਿਕਲ ਸਕਦਾ? ਕੋਈ ਸਰਕਾਰ ਲੋਕਾਂ ਦਾ ਕੰਮ ਨਾ ਕਰਕੇ ਕੋਸ਼ਿਸ਼ ਕਾਮਯਾਬ ਹੋ ਸਕਦੀ ਹੈ? ਜੇ ਕੰਮ ਨਹੀਂ ਕਰਦੇ ਸਗੋਂ ਲੋਕ ਨਾਰਾਜ਼ ਹੀ ਹੁੰਦੇ ਆ। ਇਸ ਕਰਕੇ ਜਿਹੜੀ ਰਾਜਨੀਤੀ ਕਰਨੀ ਜਿਹੜੀ ਚਾਹੀਦੀ ਹੈ, ਪੋਜ਼ਿਟਿਵ ਰਾਜਨੀਤੀ ਕਰਨੀ, ਸਗੋਂ ਕੰਮ ਕਰਨ ਲੋਕਾਂ ਦੇ ਲੋਕ ਵੋਟਾਂ ਪਾਉਣਗੇ, ਜੇ ਨਹੀਂ ਕਰਦੇ ਤਾਂ ਨੈਚੁਰਲੀ ਉਹਨਾਂ ਨੂੰ ਵੋਟਾਂ ਨਹੀਂ ਪੈਣਗੀਆਂ। ਨਵੀਆਂ ਅਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।